बेटा सू अपने पता उसे बाबे बकाले गया ही उदन का कोई फोन नहीं कोई कुछ नहीं इस बारे कोई कुछ कह नहीं घटनाक्रम चल रहा जो गिरफ्तारी ਫੋਨ ਨੰਬਰ ਜਾਂ ਕੋਈ ਉਹਦਾ ਕੰਟੈਕਟ ਨੰਬਰ ਹੈ ਨਹੀਂ ਕੋਈ ਬੇਟਾ ਸਾਡੇ ਕੋਈ ਨਹੀਂ ਉਹਨਾਂ ਦਾ ਨਾਮ अमृतपाल की गिरफ्तारी लिए पंजाब पुलिस के वलों लगातार अमृतपाल के साथियों समेत उन्होंने वक्खो वक्ख टिकाणे के उत्ते छापेमारी की जा रही है पर हैरानीजनक खबर सामने आई है कि अजनाला घटना के चर्चित चेहरा रहे लवप्रीत तूफान अमृतपाल से चल रही कार्रवाई दौरान कितने भी सामने नहीं आए। लवप्रीत तूफान के परिवारक मैंबर का कहना है कि जेल तो बाहर आने बाद कदे भी अमृतपाल को मिल नहीं गया। कुछ दिन पहला वो बाबा बकाला साहिब विखे गया सी पर मुड़ के घर वापस नहीं आया। परिवार का कहना कि अमृतपाल से हुई कार्रवाई तो बाद कई बार पुलिस अधिकारी उन्होंने घर चक्कर मार चुके ने पर अज तक ना तो पुलिस को पता है कि तूफान कितने है तो ना ही परिवार को। लवप्रीत तूफान के परिवार ने सरकार तो मांग की है और तुम दस दें उन्होंने माता हरजीत कौर तो चाची कुलजीत कौर का की कहना। बेटा सू आपने पता उसे बाबे बकाले गया ही उदन का कोई फोन नहीं कोई कुछ नहीं इस बारे कोई कुछ कह नहीं सकते। जो लवप्रीत तूफान जेल चो रिहा होके आता है तो उस बाद कितने रहा वो जी घर ही रहा बेटा उन्हें जाना कितने घर ही उदन का छोटा जहाँ का बेटा ही जिन्ना सानू पाया कि पोते गए बाबे बकाले गया अपने बाबा जी दे पूरे हुए तो उस वे सुन दिया सारी चल गए ਕੋਈ ਫੋਨ ਨੰਬਰ ਜਾਂ ਕੋਈ ਉਹਦਾ ਕੰਟੈਕਟ ਨੰਬਰ ਆਇਆ ਸੀ ਕੋਈ ਕੋਲ ਨਹੀਂ ਕੋਈ ਨਹੀਂ ਬੇਟਾ ਸਾਡੇ ਕੋਲ ਕੋਈ ਨਹੀਂ ਉਹਨਾਂ ਦਾ ਨਾ ਉਹਨਾਂ ਫੋਨ ਕੀਤਾ ਜਾਂ ਨਾ ਸਾਨੂੰ ਪਤਾ ਕਿੱਥੇ ਹੈ ਜੀ ਅਮਰਤਪਾਲ ਹੁਣ ਕਦੋਂ ਦਾ ਰਿਹਾ ਜੀ ਸੰਬਰਗ ਉਹਦਾ ਹੀ ਨਹੀਂ ਮੁੜ ਕੇ ਜਿਉਂ ਘਰ ਆ ਗਿਆ ਫੇਰ ਨਹੀਂ ਕਿਉਂ ਨਹੀਂ ਗਿਆ ਕਿਉਂ ਫੋਨ ਵੀ ਉਹਦਾ ਉਹਦਾ ਉੱਥੇ ਬੇਟਾ ਥੋੜੇ ਦਿਨਾਂ ਦਾ ਹੀ ਜਾਣਾ ਬੇਟਾ ਕਿਤੇ ਰਹੀ ਹੈ ਕਿ ਨਹੀਂ ਥੋੜੇ ਦਿਨਾਂ ਦਾ ਬੇਟਾ ਹੀ ਤੇ ਫਿਰ ਇਸ ਕਰਕੇ ਫਿਰ ਨਹੀਂ ਜਾਣ ਹੀ ਨਹੀਂ ਦਿੱਤਾ ਅਸੀਂ ਜਾਣ ਹੀ ਨਹੀਂ ਦਿੱਤਾ ਆਪ ਹੀ ਅਸੀਂ ਤਾਂ ਸਾਡਾ ਬੱਚਾ ਠੀਕ ਠਾਕ ਆਪਣੇ ਘਰ ਰਹੇ ਜਿੱਦਾਂ ਇੱਥੇ ਕੰਮ ਕਰਦਾ ਕਰਦਾ ਉਹੀ ਥਾਂ 'ਤੇ ਕਰੇ ਹਾਂਜੀ ਸਾਡੀ ਇਹੋ ਮੰਗ ਆ ਹੋਰ ਕੋਈ ਨਹੀਂ ਸਾਡੇ ਬੱਚੇ ਦਾ ਕੋਈ ਸੰਪਰਕ ਨਹੀਂ ਕਿਸੇ ਦੇ ਨਾਲ ਇਹ ਪਰਿਵਾਰ ਦੇ ਵਿੱਚ ਰਹੇ ਇੱਥੇ ਨਿਗਾਹ ਜਿਹਾ ਬੱਚਾ ਸਾਡਾ ਇਕੱਲਾ ਇਕੱਲਾ ਬੱਚਾ ਅਸੀਂ ਆਪ ਬਜ਼ੁਰਗ ਆ ਇਹੋ ਸਾਡਾ ਸਹਾਰਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ
ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਅਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।